विश्व पद्धर ते फैल चुकी कोरोना वायरस की भयानक महामारी दे चलदियां केंद्र सरकार वालों 14 अप्रैल तक देश नूं लॉकडाउन कीता होया। पंजाब सरकार वालों 14 अप्रैल तक ही कर्फ्यू लगाया गया, जिस दे चलदियां लोग अपने घरां दे विच बंद होके रह गए ने। इस दौरान ही वख-वख सियासी पार्टियां, समाजिक धार्मिक जथेबंदियां ते समाज सेवियां वालों गरीब ते लोड़वंद परिवारां नूं मुफ्त राशन मुहैया करवाउण दा उपराला भी कीता जा रहा है। ओते ही कुछ शातर दिमाग के लोगों वालों लोगों की लुट खसुट करदिया काला बाजारी का धंधा जोरां ते चल रहा है। इसे तरह का मामला सामने आया जिला संगरूर के शहर लहरा गाका दे विच, जिथों के मंदिर चौक दे विच स्थित जनता मैडिकल हॉल वाले वालों सरकार दिया 200 ml दे सैनिटाइजर 100 rupees दे विच वेचण दिया हदायतां नूं दरकिनार करदिया 50 ml दे सैनिटाइजर 85 rupees दे विच ਵੇਚਿਆ ਜਾ ਰਿਹਾ ਹੈ। ਇਸ ਬਾਬਤ ਕੀ ਕਹਿਣਾ ਦੁਕਾਨਦਾਰ ਦਾ, ਆਓ ਸੁਣਦੇ ਹਾਂ। ਜੇ 200 ml ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਕੈਮੀਕਲ ਆਈ ਹੈ, ਇਹ ਆਯੁਰਵੈਦਿਕ ਹੈ। ਨਹੀਂ ਉਹਦਾ 100 rupees ਰੇਟ ਤੇ ਕਰੇਗਾ। ਆਯੁਰਵੈਦਿਕ ਹੈ ਸਾਡੇ ਕੋਲੇ, ਆਯੁਰਵੈਦਿਕ ਹੈ, ਦੂਜਾ ਆ ਨਹੀਂ ਰਿਹਾ ਜੀ। ਇਹਦਾ 85 rupees ਲੈ ਰਹੇ ਹੋ ਤੁਸੀਂ, 50 ml? ਹਾਂਜੀ ਹਾਂਜੀ, 85 rupees ਪ੍ਰਿੰਟ ਹੈ, 85 ਹੀ ਲੈ ਰਹੇ ਹਾਂ। ਰਾਸੀ ਲੈ ਤਾਂ ਰਹੇ ਹੋ, ਵੈਸੇ 200 ml ਦਾ 100 rupees ਰੇਟ ਰੱਖਿਆ। ਉਹ ਜਿਹੜਾ ਹੈਗਾ ਉਹ ਕੈਮੀਕਲ ਹੀ ਹੈ ਜਿਹੜਾ, ਜਿਹਦੇ 'ਚ ਅਲਕੋਹਲ ਹੈ, ਇਹਦੇ 'ਚ ਅਲਕੋਹਲ ਨਹੀਂ ਹੈ। ਚਲੋ ਕਲੀਅਰ ਕਰ ਲੈਂਦੇ ਹਾਂ। ਤੁਸੀਂ ਸੁਣਿਆ ਕਿ ਦੁਕਾਨਦਾਰ ਕਹਿ ਰਿਹਾ ਹੈ ਕਿ ਸਰਕਾਰ ਕੈਮੀਕਲ ਵਾਲਾ ਸੈਨੇਟਾਈਜ਼ਰ ਵੇਚ ਰਹੀ ਹੈ, ਪਰ ਅਸੀਂ ਕੈਮੀਕਲ ਫ੍ਰੀ ਸੈਨੇਟਾਈਜ਼ਰ ਵੇਚ ਰਹੇ ਹਾਂ, ਇਸ ਲਈ ਇਹ 85 rupees ਦੇ ਵਿੱਚ ਹੀ ਮਿਲੇਗਾ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਇਸ ਦਾ ਪਰਦਾਫਾਸ਼ ਕਰਨ ਦੇ ਲਈ ਲਹਿਰਾ ਗਾਗਾ ਦੇ ਪਿੰਡ ਜਲੂਰ ਦੇ ਨੌਜਵਾਨ ਜਤਿੰਦਰ ਸਿੰਘ ਦੇ ਵੱਲੋਂ ਸੁਨਾਮ ਦੀ SK ਫਰਮਾ ਨਾਮੀ ਕੰਪਨੀ ਦੇ ਮਾਲਕ ਦੇ ਨਾਲ ਸੰਪਰਕ ਕੀਤਾ ਗਿਆ। ਕੀ ਹੋਈ ਹੈ ਦੋਨਾਂ ਦੀ ਫੋਨ ਤੇ ਗੱਲਬਾਤ, ਉਹ ਵੀ ਸੁਣ ਲੈਂਦੇ ਆ। ਕੋਈ ਗੱਲ ਨੀ ਵੀਰ ਜੀ, ਕੋਈ ਗੱਲ ਨੀ, ਆ ਜਾਓ ਵੀਰ ਜੀ, ਆ ਜਾਓ। ਸ਼ਰਮਾ ਪੰਪ ਕੋਲੇ ਆਵਾਂ ਜੀ? ਤੁਸੀਂ ਜੱਕ ਰੋਡ ਤੇ ਸ਼ਰਮਾ ਪੈਟਰੋਲ ਪੰਪ ਤੇ ਆ ਜਾਓ ਵੀਰ ਜੀ, ਲੈ ਜਿਓ। ਠੀਕ ਠੀਕ ਹੈ ਸਰ। ਠੀਕ ਹੈ ਨਾ ਵੀਰ ਜੀ, ਕਿੰਨਾ 5 liter ਲੈਣਾ ਨਾ? ਹਾਂ 5 ਦੇ ਦਿਓ ਜੀ। ਹਾਂਜੀ, ਸ਼ੀਸ਼ਿਆਂ ਦਾ ਨੀ ਬਣਿਆ ਜੀ ਕੁਛ? ਵੀਰ ਜੀ ਸ਼ੀਸ਼ਿਆਂ ਦਾ ਖਤਮ ਹੋ ਗਿਆ। ਅਸਲ ਚ ਪਤਾ ਕੀ ਹੈ ਜੀ, ਹਾਂਜੀ, ਲੋਕ ਆਪਾਂ ਦੇਖੋ ਜਦੋਂ ਤੱਕ ਤਾਂ ਸਾਡੇ ਕੋਲ ਸ਼ੀਸ਼ੀ ਪਈ ਸੀਗੀ, 20-30 rupees ਸਾਡੇ ਕੋਲ ਮਾਲ ਪਿਆ ਸੀ, ਅਸੀਂ ਦੇਤਾ ਸਾਨੂੰ। ਮੈਂ ਮਿੱਤਰ ਨੂੰ ਸੀ, ਮੈਂ ਵਿਚਾਰ ਪੁੱਛ ਲੈਣਾ ਜੀ, ਉਹ ਕਹਿੰਦਾ ਸੀ, ਕਹਿੰਦਾ ਮੈਂ ਲੈ ਲੂੰਗਾ ਵੀ ਜੇ ਸ਼ੀਸ਼ੀਆਂ ਚ ਮਿਲ ਜੇ ਪੈਕਿੰਗ। ਨਾ ਵੀਰ ਜੀ, ਪਤਾ ਕੀ ਹੈ ਵੀਰ ਜੀ, ਜੇ ਮਾਲ ਹੋਊਗਾ ਤਾਂ ਹੀ ਲਵਾਂਗਾ ਜੀ। ਬੀਮਾਰੀ ਜਨਤਾ ਮੈਡੀਕਲ ਹਾਲ ਵਾਲਿਆਂ ਵੱਲੋਂ 20 rupees ਖਰੀਦ ਵਾਲੇ 50 ml ਸੈਨੇਟਾਈਜ਼ਰ ਨੂੰ 85 rupees ਦੇ ਵਿਚ ਵੇਚ ਕੇ ਵੱਡੇ ਪੱਧਰ ਤੇ ਕਾਲਾ ਬਾਜ਼ਾਰੀ ਕੀਤੀ ਜਾ ਰਹੀ ਹੈ। ਇਸ ਘਟਨਾ ਬਾਬਤ ਕੀ ਕਹਿਣਾ ਹੈ ਜਤਿੰਦਰ ਸਿੰਘ ਜਲੂਰ ਦਾ, ਉਹ ਵੀ ਸੁਣ ਲੈਂਦੇ ਆ। ਦੱਸਣਾ ਚਾਹੁੰਦਾ, ਅੱਜ ਜਦੋਂ ਪੂਰੇ ਵਿਸ਼ਵ ਦੇ ਵਿੱਚ ਫੈਲੀ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਪੂਰਾ ਦੇਸ਼ ਲੋਕਡਾਊਨ ਹੈ, ਹਰ ਕੋਈ ਘਰਾਂ ਦੇ ਅੰਦਰ ਬੰਦ ਹੈ, ਤਾਂ ਪੰਜਾਬ ਦੀਆਂ ਜਾਂ ਦੇਸ਼ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ, ਸਮਾਜਿਕ ਧਾਰਮਿਕ ਸੰਸਥਾਵਾਂ ਅਤੇ ਸਮਾਜ ਸੇਵੀਆਂ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਮੁਫਤ ਦੇ ਵਿੱਚ ਕਰਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਜ਼ਰੂਰੀ ਵਸਤਾਂ ਦੀ ਕਾਲਾ ਬਾਜ਼ਾਰੀ ਰੋਕਣ ਲਈ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਨੇ, ਪਰ ਲਹਿਰਾ ਗਾਗਾ ਦੇ ਵਿੱਚ ਅੱਜ ਕੱਲ੍ਹ ਵੀ ਸੈਨੀਟਾਈਜ਼ਰ ਦੀ ਕਾਲਾ ਬਾਜ਼ਾਰੀ ਹੈ ਜਿਹੜੀ, ਉਹ ਜ਼ੋਰਾਂ 'ਤੇ ਹੈ। ਮੈਂ ਦੱਸਣਾ ਚਾਹੁੰਦਾ ਕਿ ਪਿੱਛੇ 14 March ਨੂੰ ਮੇਰੇ ਵੱਲੋਂ ਬਕਾਇਦਾ ਲਹਿਰੇ ਦੇ ਵਿੱਚ ਸੈਨੀਟਾਈਜ਼ਰ ਅਤੇ ਮਾਸਕ ਦੀ ਕਾਲਾ ਬਾਜ਼ਾਰੀ ਸੰਬੰਧੀ ਖ਼ਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ। ਬੀਤੇ ਦਿਨ 31 March ਨੂੰ ਲਹਿਰਾ ਗਾਗਾ ਦੇ ਮੰਦਿਰ ਚੌਂਕ ਵਿੱਚ ਸਥਿਤ ਜਨਤਾ ਮੈਡੀਕਲ ਸਟੋਰ ਤੋਂ ਮੈਂ ਸੈਨੀਟਾਈਜ਼ਰ ਲੈਣ ਲਈ ਗਿਆ, ਤਾਂ ਉਹਨਾਂ ਵੱਲੋਂ 50 ml ਸੈਨੀਟਾਈਜ਼ਰ ਦੀ ਸ਼ੀਸ਼ੀ ਹੈ ਜਿਹੜੀ, ਮੈਨੂੰ 85 rupees ਦੀ ਦਿੱਤੀ ਗਈ।
जबकि सरकार वालों 200 ml सैनिटाइजर है वो 100 रुपए विच मुहैया कराने दी हदायतां जारी की गई ने। आ सैनिटाइजर की वो शीशी है जिस दे उपर 85 रुपए रेट प्रिंट है, एस के फर्मा सुनाम की बनी हुई है 50 ml, जो मैनू 85 रुपए दे विच ये जनता मेडिकल हाल वाले वालों दिती गई सी। इस संबंधी जांच करदे जदों मैं घोख पड़ताल की राबता कायम किया किसी तरीके नाल उस कंपनी तक, तो स्पष्ट रूप में सामने आया कि उस कंपनी को इस वक्त 50 ml दे विच स्टाक मौजूद नहीं सी, पर अज तो 10 दिन पहला उन्हां वल्लों यही सैनिटाइजर 50 ml दे विच 20 रुपए दे विच होलसेल दे विच ये लोगों को मुहैया करवाया गया सीगा। ते नाल ही मैं दसना चाहुंना कि मैं उस कंपनी तो ये 150 ml दी सैनिटाइजर दी शीशी है जो खरीदी है, ये 150 रुपए दे विच मैनू जिहड़ी मिली हैगी उस कंपनी वालों ही। 500 ml का रेट 150 रुपए, तो उधर 50 ml का मेरे को जिहड़ा 85 रुपए वसूलिया गया है। सो मैं पंजाब सरकार तो सेहत विभाग तो मंग करदा कि जिहड़े इह जे लोग तुहाडे दिशा निर्देशों का पालन नहीं कर रहे, अज भी इस औक दी घड़ी दे विच काला बाजारी ते लगे हुए ने, उन्हां खिलाफ बनदी जो कारवाई है वो अमल विच लियांदी जावे तां जो इहो जे लोकां नूं नत्थ पाई जा सके। खबर दी कोक करन लई जदों दुकानदार दा पक्ष जानना चाहिया तां दुकानदार दा की कहना है ओह वी सुणदे आं। कोरोना वायरस दे चलदे विश्व भर दे विच जिहड़ा लॉकडाउन किया होया, भारत विच भी 22 तरीक तों लै के अज 5 तरीक हो गई है जिहड़ा लगातार लॉकडाउन किया होया। सरकारां ने सैनिटाइजर ते मास्क दी जिहड़ी कालाबाजारी नूं रोकण लई एक रेट जिहड़े फिक्स किए गए सीगे। इस मामले दे चलदे एक लहरा गागा दे जनता मेडिकल हाल दे तुहानूं तस्वीरां दिखा रहे हां, इहनां दी एक वीडियो वायरल हुई सी जिस नूं लै के जिहड़ा हैगा इहनां ने रेट वध दा जिहड़ा मामला सामने आया सी। असीं जनता मेडिकल हाल दे जिहड़े ओनर ने असीं उहनां नाल गलबात करांगे, उहनां नूं पुछां वी इह मामला की सीगा। की नाम है जी तुहाडा? संजय कुमार। संजय जी, जिहड़ा एक सैनिटाइजर एक वीडियो वायरल हो रही है जिहदे विच कि 85 रुपए प्रिंट लिखा होया, जदकि सरकार ने हदायतां करियां सी वी रेट घट किया जाए, उहनूं लै के तुसीं वध देण दा कारण की हैगा? ये सर मेरे को जो सैनिटाइजर सीगा ये 26 तरीक नूं आया सीगा, ते कंपनी ने मैनूं ये 55+ टैक्स दिता सीगा और उन्होंने कैश पेमेंट लैके मैनूं कहा भी बिल तुहानूं देवांगे असीं बाद दे विच, पर हुण उह बिल देण तों आनाकानी कर रहे ने। उस तो बाद जिहड़ा मतलब सानू उन्होंने ना तो कोई इनफॉर्मेशन दी भी असीं तुहाडा थोड़ा जिहड़ा रेट रिवाइज़ होएगा उस दी कोई कंपनसेशन देवांगे कि तुसीं 25 रुपए जां जो भी उन्हां दा रेट हैगा उस रेट के उपर बेचो। तो इस करके असी जिहड़ा सैनिटाइजर सीगा वह MRP के उपर जो सीगा वह बेचना साडी एक मजबूरी सीगी, क्योंकि लोग सैनिटाइजर की बहुत ज़्यादा जरूरत सीगी, तो इस करके असी वो सैनिटाइजर जो MRP सीगा आपदा जायज़ मार्जन लगा के असी वो बेच रहे सीगे। पर कुछ बंदे जो सीगे उन्होंने आके सानू कहा कि सैनिटाइजर का गवर्नमेंट ने रेट जो है वो 200 ml का 100 रुपए फिक्स किया है। असी उन्होंने पूछा भी वो सैनिटाइजर पाई मिलता कितने हैगा, पर उन्होंने वालों कोई सफिशेंट जवाब नहीं मिले। असी SDM साहब नाल भी गल मतलब गल की, SDM साहब के ऑफिस भी, तो साढ़े डिस्ट्रिक्ट प्रेजिडेंट जो राजीव जैन जी ने उन्हां नाल भी गल की, वो कहिंदे जी तुसीं सैनिटाइजर बेचना ही बंद कर दिओ, सैनिटाइजर ना बेचो। असी उन्होंने कहा भी जी करोना वायरस के चलते सैनिटाइजर बेचना एक साड़ी कंपनसेशन लगा लो, साढ़े शहर की सुरक्षा वास्ते लगा लो, भी जो रेट आ रहा है असी वो रेट बेच रहे हैं। सुरक्षा की गल करिए तुसीं सुरक्षा वास्ते बेच रहे हो, पर रेट तो जिहड़े सरकार ने एक जिहड़े रख दिए गए सी, पर वो ते क्यों नहीं तुसीं ध्यान दिता कि जिहड़ी कंपनी ने जिन्होंने बना के तुहानूं भेजिया कि उन्होंने नहीं तुहानूं दुबारा दिते हैगे? उन्होंने सानूं कोई कंपनसेशन की गल नहीं की, कोई उन्होंने ये नहीं कहा है भी तुसीं रेट घटा दिओ असीं तुहानूं बाद दे विच एडजस्टमेंट कर देंगे, उल्टा वो उन्होंने बिल देण तों ही मना करता सानूं। तो हुण जो उन्होंने अज सैनिटाइजर मैनूं भेजिया उही बैच नंबर का सैनिटाइजर उन्होंने, उस तो बाद जो हूँ अज असी जो सैनिटाइजर मंगवाया है उन्होंने 22.5 रुपए सानू लगाया, उस दे उपर 25 रुपए प्रिंट है, जो कि हाँ सेम बैच हैगा उस दे उपर उन्होंने मार्कर नाल 25 रुपए जो है रेट वो करता। शीशियाँ दिखा सकते? हाँ जी हाँ बिल्कुल शीशियाँ दिखा सकते हैं, उही सेम बैच हैगा, एक तो 85 रुपए है, दूजे तो मार्कर नाल हाथ नाल उन्होंने 25 रुपए रेट करता। बहुत
जो कि एक कंपनी की कालाबाजारी है, दोष साढ़े ते मढ़िया जा रहा है। तुसी फिर की कहना चाहते हो इस नूं लैके, क्योंकि मैनूं पता लगे कोई मामला भी दर्ज होया जां शिकायत दित्ती गई आ उहनूं लैके तुसी कि वो एक बंदा मेरे पास आया सीगा जो कि आपदे आप नूं कहिंदे वी पत्रकार हैगा, ते उहनां नूं असीं जो सीगा 31 तरीक नूं साडे कोले तक साडे तक कोई ये इनफॉर्मेशन नहीं सीगी वी इस नूं घट रेट दे विच बेचना है जां किस तरह बेचना हैगा। असीं अपना उस नूं MRP दे उपर आपदा माल जायज़ मार्जन लगा के उहनूं बेच रहे सीगे, पर वह बंदा कहिंदा मैनूं 200 ml सैनिटाइजर तुसीं 100 रुपए दे विच दिओ, ते मैं उहनूं इह 200 ml सैनिटाइजर जो कि मेरा 240 रुपए का खरीदया होया सीगा मैं उहनूं 100 रुपए दे विच किद्दां दे सकदा सीगा। ਤੁਸੀਂ ਦੇਖੋ ਇਹ ਤਾਂ ਮੰਨਣਾ ਪਵੇਗਾ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਸੀਗਾ ਕੈਮਰੇ ਤੇ, ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਸੀਗੀਆਂ ਉਹਦੀ ਜਿਹੜੀ ਉਲੰਘਣਾ ਕੀਤੀ ਹੈ, ਕਿਉਂਕਿ ਜਦੋਂ ਰੇਟ ਪਹਿਲਾਂ ਫਿਕਸ ਕਰ ਦਿੱਤੇ ਗਏ ਸੀ ਸਰਕਾਰ ਨੇ, ਤੁਸੀਂ ਰੇਟ ਕਿਉਂ ਵੱਧ ਵੇਚਿਆ ਜਾਂ ਮਤਲਬ ਇਹਨੂੰ ਬੰਦ ਕਿਉਂ ਨਹੀਂ ਕੀਤਾ ਫਿਰ ਜਦੋਂ ਤੁਹਾਨੂੰ ਨਹੀਂ ਪੜਤਾ ਪੈ ਰਿਹਾ ਸੀਗਾ? ਸਰ ਸਾਨੂੰ ਇਹ ਸੀਗਾ ਵੀ ਸਰਕਾਰ ਵੱਲੋਂ ਜੋ ਇਹ ਹਦਾਇਤਾਂ ਦਿੱਤੀਆਂ ਗਈਆਂ ਉਹ 70% ਅਲਕੋਹਲ ਵਾਲੇ ਸੈਨੇਟਾਈਜ਼ਰ ਦੇ ਉੱਪਰ ਨੇਗੇ। ਸਾਨੂੰ ਕੰਪਨੀ ਨੇ ਵੀ ਇਹ ਭਰੋਸਾ ਦਵਾਇਆ ਸੀਗਾ ਵੀ ਇਹ ਜਿਹੜਾ ਆਪਣਾ ਸੈਨੇਟਾਈਜ਼ਰ ਹੈ ਇਹ ਬਿਲਕੁਲ ਆਯੁਰਵੈਦਿਕ ਹੈ, ਇਸ ਦਾ ਰੇਟ ਆਪਾਂ ਕਿੰਨਾ ਵੀ ਰੱਖ ਸਕਦੇ ਹਾਂ। ਇਸ ਕਰਕੇ ਇਸ ਦੇ ਲਈ ਪੂਰੀ ਤਰ੍ਹਾਂ ਕੰਪਨੀ ਦੋਸ਼ੀ ਹੈ ਜਾਂ ਤਾਂ ਜਾਂ ਸਟੋਕਿਸਟ ਦੋਸ਼ੀ ਹੈ ਜਿਨ੍ਹਾਂ ਨੇ ਸਾਨੂੰ ਹਨੇਰੇ 'ਚ ਰੱਖਿਆ, ਅਤੇ ਸਾਡੇ 'ਤੇ ਤਾਂ ਫਾਲਤੂ ਦਾ ਬਲੇਮ ਕੀਤਾ ਜਾ ਰਿਹਾ। ਬਸ ਇਸ ਤੋਂ ਬਾਅਦ ਮੈਂ ਹੋਰ ਜਨਤਾ ਮੈਡੀਕਲ ਹਾਲ ਦੇ ਓਨਰ ਤੋਂ ਬਾਅਦ ਅਸੀਂ ਹੁਣ ਕੰਪਨੀ ਦੇ ਓਨਰ ਨਾਲ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਇਹ ਸੈਨੇਟਾਈਜ਼ਰ ਬਣਾਉਂਦੀ ਹੈ। ਆਹ ਤੁਹਾਨੂੰ ਨੰਬਰ ਦਿਖਾ ਰਹੇ ਹਾਂ, ਲਾਈਵ ਅਸੀਂ ਤੁਹਾਨੂੰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨਾਲ। करने के लिए धन्यवाद, आपने जिनको कॉल किया है वो जल्द ही आपका कॉल उठाएंगे, कृपया लाइन पर बने रहें। हेलो हेलो, हाँ जी, एसके फर्म तो बोल रहे हो जी? जी मैं अनिल जन बोल रहा हूँ जी, ग्लोबल पंजाब तो। हाँ जी सर, बोलो। ਸਰ ਇੱਕ ਸੈਨੇਟਾਈਜ਼ਰ ਦੀ ਤੁਹਾਡੀ ਕੰਪਲੇਂਟ ਆਈ ਸੀ ਵੀ ਜਿਹੜੇ ਜਨਤਾ ਮੈਡੀਕਲ ਵਾਲੇ ਹੈਗੇ ਆ ਉਹ 85 ਰੁਪਏ ਦਾ ਜਿਹੜਾ ਉਹਨਾਂ ਨੇ ਸੈਨੇਟਾਈਜ਼ਰ ਵੇਚਿਆ ਸੀਗਾ, ਅਤੇ ਉਹ ਕੀ ਹੈਗਾ? ਸਰ ਇਸ ਤਰ੍ਹਾਂ ਗੱਲ ਆ ਜੀ, ਜੇ ਤੁਸੀਂ ਮੈਨੂੰ ਬਾਜ਼ਾਰ 'ਚ ਗੋਲੀ ਮਾਰ ਦਿਓ ਕੱਢ ਕੇ ਜੀ, ਜੇ ਮੇਰਾ ਕੋਈ ਕਸੂਰ ਹੋਵੇ ਇਹਦੇ 'ਚ ਜੀ, ਠੀਕ ਹੈ ਨਾ ਜੀ, ਬਾਜ਼ਾਰ 'ਚ ਖੜਾ ਕਰਕੇ ਜੀ, ਠੀਕ ਹੈ ਨਾ, ਹੁਣ ਲੱਖਾਂ ਕੰਪਨੀਆਂ ਨੇ ਬਣਾਇਆ ਹੋਇਆ ਜੀ, ਠੀਕ ਹੈ, ਸਟੈਂਡਰਡ ਦੀਆਂ ਨੇ ਜੀ, ਜਦੋਂ 22 ਤਰੀਕ ਤੋਂ ਬਾਅਦ ਜੇ ਸਾਡਾ ਕੋਈ ਮਾਲ ਵੇਚਿਆ ਹੋਵੇ ਕਿਸੇ ਨੂੰ, ਅਸੀਂ ਕੱਟ ਕੇ 25 ਰੁਪਏ ਗੌਰਮੈਂਟ ਦੀ ਇੰਸਟਰਕਸ਼ਨ ਦੇ ਨਾਲ ਵੇਚਿਆ, ਬਿਲਕੁਲ, ਠੀਕ ਹੈ ਨਾ ਸਰ, ਠੀਕ ਹੈ ਨਾ, ਉਸ ਤੋਂ ਬਾਅਦ ਤਾਂ ਮੇਰਾ ਕੋਈ ਕਸੂਰ ਨਹੀਂ ਜੀ ਜੀ, ਕੋਈ ਮੇਰਾ ਕੋਈ ਕਸੂਰ ਹੈ ਸਰ ਵਿੱਚ ਬਣਾਉਣ ਵਾਲੇ ਦਾ? ਤੁਸੀਂ ਜਿਹੜਾ ਇਹਨਾਂ ਨੂੰ ਮਾਲ ਦਿੱਤਾ ਸੀਗਾ ਉਹ ਕਿਹੜੀ ਰੇਟ ਨੂੰ ਦਿੱਤਾ ਸੀਗਾ? ਦੁਰਗਾ ਟ੍ਰੇਡਿੰਗ ਕੰਪਨੀ ਵਾਲੇ ਨੇ ਜਿਹੜੇ, ਉਹ ਮੈਂ ਤੁਹਾਨੂੰ ਦੱਸ ਦੂੰਗਾ ਜੀ ਸਾਨੂੰ, ਠੀਕ ਹੈ ਨਾ, ਹੋਰ ਬੋਲੋ ਸਰ। ਮਤਲਬ ਤੁਸੀਂ 22 ਤਰੀਕ ਤੋਂ ਬਾਅਦ ਜਿਹੜਾ ਹੈਗਾ ਸਟਾਕ ਵੇਚਿਆ ਹੀ ਨਹੀਂ? ਸਰ ਉਸੇ ਬੈਚ ਦਾ 25 ਰੁਪਏ MRP ਲੱਗ ਕੇ ਆਇਆ, ਦੇਖੋ ਤੁਸੀਂ ਅੱਜ, ਉਹ ਤਾਂ ਅੱਜ ਮੈਨੂੰ ਦਿਖਾਇਆ ਗਿਆ ਉਹ ਸਟੋਕ ਦੇ ਵਿੱਚ ਜਿਹੜਾ ਅੱਜ ਲੱਗਿਆ ਹੋਇਆ, ਬੈਚ ਨੰਬਰ ਵੀ ਉਹੀ ਹੈ, ਸਭ ਕੁਝ ਉਹੀ ਹੈ, 85 ਤੋਂ 25 ਰੁਪਏ ਪ੍ਰਿੰਟ ਕੀਤਾ ਹੈ। ਹਾਂ ਫਿਰ 25 ਰੁਪਏ ਕੱਟ ਕੇ ਫਿਰ ਮੈਂ ਉਹ 85 'ਚ ਨਾ ਵੇਚਦਾ ਸਰ, ਫਿਰ ਮੈਂ ਕਿਉਂ ਕੱਟ ਕੇ 25 'ਚ ਵੇਚਦਾ ਸਰ? ਨਹੀਂ ਬਿਲਕੁਲ, ਮੈਂ ਤੁਹਾਡੀ ਗੱਲ ਸਮਝਦੇ ਹਾਂ। ਅਸੀਂ ਜਿਹੜਾ ਸੈਨਾਟਾਈਜ਼ਰ ਜਿਹੜਾ ਇਹਨਾਂ ਨੇ 85 ਰੁਪਏ ਦਿੱਤਾ, ਕੀ ਪਹਿਲਾਂ ਇਹਨਾਂ ਨੂੰ ਹੋਲਸੇਲ ਦੇ ਵਿੱਚ ਕਿੰਨੇ ਦਾ ਦਿੱਤਾ ਜਾਂਦਾ ਸੀਗਾ? ਸਰ ਮੇਰਾ ਕੁਝ ਸਮਝੇ ਨਹੀਂ ਜੀ, ਜਿਹੜੀ ਕੰਪਨੀ ਦੇ ਰੇਟ ਅਸੀਂ 20 ਰੁਪਏ ਦਾ ਉਦੋਂ ਕੱਟਦੇ ਸੀ ਜੀ, ਉਹ ਤੋਂ ਬਾਅਦ ਵੀ ਇਹੀ ਰੇਟ ਕੱਟਿਆ ਜੀ। ਓਕੇ, ਤੁਸੀਂ ਸਮਝੋ ਸਰ, ਗਵਰਨਮੈਂਟ ਨੇ ਕਿਹਾ ਇਹਨੂੰ ਤੁਸੀਂ 25 ਰੁਪਏ MRP ਕਰਕੇ ਵੇਚੋ, ਅਸੀਂ ਉਸ ਤਰ੍ਹਾਂ ਕੱਟਤਾ ਸਰ, ਹੁਣ ਦੱਸੋ ਸਰ ਤੁਹਾਡਾ ਕੀ ਕਸੂਰ ਆ? ਮਤਲਬ ਮਾਰਜਨ ਜਿਹੜਾ ਹੈਗਾ ਉਹਨਾਂ ਹੀ ਰੱਖਿਆ ਗਿਆ ਪਰ ਜਿਹੜਾ ਹੈਗਾ ਉਹਦਾ ਰੇਟ ਘਟਾ ਦਿੱਤਾ ਗਿਆ? ਸਰ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ ਉਹ ਇੰਸਟਰਕਸ਼ਨਸ ਆਈਆਂ ਸੀ ਸਰ ਵੀ ਤੁਸੀਂ ਇਹ 100-200 ml ਤੇ 100 ਰੁਪਏ MRP ਕਰਕੇ ਰੱਖਣਾ ਜੀ, 100 ml ਤੇ 50 ਰੁਪਏ, 50 ml ਤੇ 25 ਰੁਪਏ। ਜਦੋਂ ਤੁਹਾਨੂੰ ਗਵਰਨਮੈਂਟ ਦੀਆਂ ਹਦਾਇਤਾਂ ਆਈਆਂ ਸੀ ਉਸ ਤੋਂ ਬਾਅਦ ਜਿੱਥੇ ਜਿੱਥੇ ਤੁਹਾਡੇ ਕੰਪਨੀਆਂ ਨੇ ਸੈਨੇਟਾਈਜ਼ਰ ਭੇਜਿਆ ਸੀ, ਕੀ ਤੁਸੀਂ ਉਹਨਾਂ ਨੂੰ ਉਹਨਾਂ ਨਾਲ ਕੰਸਰਨ ਕੀਤਾ ਸੀਗਾ ਵੀ ਜਿਹੜਾ ਹੈ ਸੈਨੇਟਾਈਜ਼ਰ ਆ ਵੀ ਘੱਟ ਰੇਟ ਕਰਕੇ ਵੇਚੋ ਜਾਂ ਵੀ ਵੇਚਣਾ ਬੰਦ ਕਰ ਦਿਓ, ਕੋਈ ਐਸੀ ਗੱਲਬਾਤ ਕਰੀ ਤੁਸੀਂ ਉਹਨਾਂ ਨਾਲ? ਸਰ ਅਸੀਂ ਵੇਚਣਾ ਹੀ ਹੈ, ਅਸੀਂ ਵੇਚਿਆ ਹੀ ਇੰਨਾ ਨਹੀਂ ਸੀ ਅਜੇ ਮਾਲ ਜੀ, ਅਸੀਂ ਕਿਸੇ ਨੂੰ ਕਿਹਾ ਸੀ ਜੇ ਵੇਚਿਆ ਹੁੰਦਾ ਜ਼ਿਆਦਾ ਤਾਂ ਅਸੀਂ ਗੱਲ ਕਰਦੇ, ਇਹ ਤਾਂ ਵੇਚਣਾ ਹੀ ਹੈ ਤੇ ਆਪਣੇ ਰੋਲਾ ਕਿੱਦਣ ਪਿਆ 18-19-20 ਨੂੰ ਜੀ, ਅਸੀਂ ਤਾਂ ਸਰ ਬਣਾਇਆ ਹੀ ਉਸ ਟਾਈਮ ਹੈ ਨਾ, ਤੁਸੀਂ ਗੱਲ ਸਮਝੋ ਸਰ, ਜਦੋਂ ਵੇਚਿਆ ਉਹ ਮਾਲ ਜ਼ਿਆਦਾ ਤਾਂ ਹੀ ਹੈ ਨਾ ਬਾਬੂ ਜੀ, ਇੱਕ ਸਾਹਿਬ ਗੱਲ ਸੁਣੋ ਤੁਸੀਂ। ਬਿਲਕੁਲ, ਇੱਕ ਕੰਪਨੀ ਜਿੱਥੇ ਜਿਹੜੀ ਦੁਕਾਨ ਹੈ ਜਨਤਾ ਮੈਡੀਕਲ, ਉਹ ਕਹਿੰਦੇ ਵੀ ਸਾਨੂੰ ਬਿੱਲ ਨਹੀਂ ਦਿੱਤਾ ਜਾ ਰਿਹਾ ਵੀ ਅਸੀਂ ਅੱਗੇ ਜੇ ਕੱਲ ਨੂੰ ਤੁਸੀਂ ਦੇਖੋ ਜਿਹੜੇ ਬੰਦੇ ਤੋਂ ਲਿੱਤਾ ਤੁਸੀਂ ਉਹ ਤੋਂ ਸਾਡਾ ਬਿੱਲ ਉਹਨੂੰ ਭੇਜਿਆ ਹੋਇਆ, ਤੁਸੀਂ ਉਹਨੂੰ ਉਹ ਤੋਂ ਲਓ ਬਿੱਲ, ਕਿਉਂ ਨਹੀਂ ਲੈਂਦੇ ਸਰ? ਓਕੇ, ਮਤਲਬ ਤੁਹਾਡੇ ਵੱਲੋਂ ਬਿੱਲ ਦਿੱਤਾ ਜਾ ਰਿਹਾ? ਸਰ ਸਾਡੇ ਵੱਲੋਂ ਤਾਂ ਤੁਸੀਂ ਸਮਝੋ ਨਹੀਂ ਸਰ, ਅਸੀਂ ਬਿੱਲ ਕਿਉਂ ਨਹੀਂ ਦੇਵਾਂਗੇ ਸਰ, ਜਦੋਂ ਵੀ ਮੈਨੂਫੈਕਚਰਰ ਹੋ ਕੇ ਨਹੀਂ ਦੇ ਸਕਦੇ ਫਿਰ ਅਸੀਂ ਕਿਉਂ ਨਹੀਂ ਉਹ ਕਰਾਂਗੇ ਸਰ? ਪਤਾ ਕੀ ਹੈ ਜੀ, ਐਂ ਨਾ ਕਰੋ,
ਉਹ ਬੰਦਾ ਉਹੀ ਮਰ ਜੇ ਜੇ ਕੋਈ ਕਸੂਰਵਾਰ ਹੋਵੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਵੀ ਆਰਜ ਕਰਕੇ ਗੋਲੀ ਮਾਰੋ ਸਾਰੀਆਂ ਕੰਪਨੀਆਂ ਦਾ ਮਾਲ ਚੱਕੋ ਵੀ ਜੇ ਸੇਮ ਰੇਟ ਆਉਂਦਾ ਸੀ ਤਾਂ ਗੱਲ ਕਰੋ ਐ ਨੀ ਇੱਕ ਪੱਤਰਕਾਰ ਮੈਂ ਵੀ ਪੱਤਰਕਾਰ ਹਾਂ ਟੋਰਚਰ ਤਾਂ ਕਿਸੇ ਨੂੰ ਵੀ ਕਰ ਲਓ ਤੁਸੀਂ ਇਸ ਤਰ੍ਹਾਂ ਬਿਲਕੁਲ ਠੀਕ ਹੈ ਨਾ ਜੀ ਇਹ ਕੋਈ ਇਸ ਤਰ੍ਹਾਂ ਤੁਸੀਂ ਇਹ ਜਿਹੜਾ ਸਿਸਟਮ ਹੈ ਨਾ ਇਹ ਵਧੀਆ ਗੱਲਬਾਤ ਨਹੀਂ ਹੈਗੀ ਜੇ ਕੋਈ ਉਹਦੇ ਚ ਦੁਕਾਨਦਾਰ ਨੂੰ ਪੁੱਛੋ ਵੀ ਤੂੰ ਕਿਉਂ ਵੇਚਿਆ ਭਾਈ ਤੂੰ ਇਹਨੂੰ ਬੰਦ ਕਰ ਦਿੰਦਾ ਤੂੰ ਬਿਲਕੁਲ ਦੁਕਾਨਦਾਰ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਨੇ ਤਾਂ ਮੰਨਿਆ ਵੀ ਅਸੀਂ ਸਰਕਾਰ ਦੀ ਜਿਹੜੀ ਉਲੰਘਣਾ ਹੋਈ ਹੈ ਉਹਨਾਂ ਤੋਂ ਕਿਉਂਕਿ ਉਹਨਾਂ ਨੇ ਤਾਂਹੀਓ ਉਹਨਾਂ ਤੇ ਕੰਪਲੇਂਟ ਹੋਈ ਹੈ ਸਰਕਾਰ ਨੇ ਤਾਂ ਇਹੀ ਕਹਿਣਾ ਜੀ ਵੀ ਤੁਸੀਂ 25 ਰੁਪਏ ਤੋਂ ਜਿਹਦੋਂ ਵੀ ਮਾਲ ਲੈਂਦੇ ਉਦੋਂ ਵੱਧ ਤੋਂ ਉਹਨੇ ਵੇਚਣਾ ਨਹੀਂ ਸਾਡਾ ਤਾਂ ਕਸੂਰ ਹੋਇਆ ਸਰ ਠੀਕ ਤੁਸੀਂ ਮੇਰੀ ਗੱਲ ਸਮਝੋ ਕਿਉਂਕਿ ਦੁਕਾਨਦਾਰ ਤਾਂ ਕੰਪਨੀ ਤੇ ਬਲੇਮ ਲਾ ਰਿਹਾ ਨਾ ਜੀ ਉਹ ਕਹਿ ਰਿਹਾ ਵੀ ਉਹਨਾਂ ਨੇ ਜੇ ਸਾਨੂੰ ਦਿੱਤਾ ਇਸ ਰੇਟ ਨੂੰ ਤਾਂ ਅਸੀਂ ਦਿੱਤਾ ਤਾਂ ਉਹਨੂੰ ਪੁੱਛੋ ਤੁਸੀਂ ਜਿਹੜਾ ਜਿਹਨੇ ਦਿੱਤਾ ਉਹਨੂੰ ਵੀ ਉਹਨੇ ਉਹ ਦੇਰ ਤੋਂ ਬਾਅਦ ਲਿੱਤਾ ਨੇ ਕਿਉਂ ਵੇਚਿਆ ਜੀ ਫਿਰ ਉਹ ਵਾਪਸ ਉਹ ਵੀ ਰਿਟਰਨ ਕਰ ਦਿੰਦਾ ਸੀ ਸਰ ਠੀਕ ਹੈ ਜੀ ਧੰਨਵਾਦ ਇਸ ਨੇ ਐਸ ਕੇ ਕੰਪਨੀ ਦੇ ਜਿਹੜੇ ਮਾਲਕ ਸੀ ਜਿਨ੍ਹਾਂ ਵੱਲੋਂ ਸੈਨੇਟਾਈਜ਼ਰ ਬਣਾਇਆ ਜਾ ਰਿਹਾ ਸੀਗਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਵੀ ਜਦੋਂ ਗਵਰਨਮੈਂਟ ਦੀਆਂ ਹਦਾਇਤਾਂ ਤੋਂ ਬਾਅਦ ਅਸੀਂ ਸੈਨੇਟਾਈਜ਼ਰ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਸੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ